ਸਤਿ ਸ਼੍ਰੀ ਅਕਾਲ ਜੀ। ਅੱਜ ਨੇ ਗੜਬੜੇ ਤੁਹਾਨੂੰ ਦੱਸਿਆ ਵੀ ਹਨੇਰੇ ਵੀ ਮਨਾਏ ਜਾਂਦੇ ਨੇ, ਹੁਣ 6:30 ਦਾ ਟਾਈਮ ਹੈ ਜੀ, ਫਿਰ ਵੀ ਹਨੇਰਾ ਹੋ ਗਿਆ ਬਾਹਰ। ਤੇ ਦੇਖੋ ਆਪਣੇ ਕੋਲ ਸਰੋਂ ਦਾ ਤੇਲ ਹੈ ਤੇ ਆਪਾਂ ਨੇ ਚੁੰਗੜਿਆਂ ਦੇ ਵਿੱਚ ਪਾ ਲੈਣਾ ਜੀ ਇਹ ਤੇਲ। ਤੇਲ ਨਾਲ ਚੁੰਗੜੇ ਭਰ ਲੈਣੇ ਨੇ। ਫਿਰ ਨਾ ਇਹ ਆਹ ਜਿਹੜੇ ਗੜਬੜੇ ਨੇ ਨਾ ਵਿੱਚ ਰੱਖ ਕੇ ਬਾਲੇ ਜਾਂਦੇ ਨੇ ਦੀਵੇ ਆਹ ਕਰਕੇ ਮੋਮਬੱਤੀ ਬਣਾ ਕੇ, ਉਸ ਤੋਂ ਬਾਅਦ ਫਿਰ ਇਹ ਗੜਬੜੇ ਕਹਿੰਦੇ ਨੇ ਗੜਬੜੇ ਨਚਾਏ ਜਾਂਦੇ ਨੇ। ਨਾਲ ਕੁਛ ਮਿੱਠਾ ਲੈ ਲੈਂਦੇ ਨੇ ਜੀ, ਕੁਛ ਵੀ ਲੈ ਲਓ, ਚੀਨੀ ਸ਼ੱਕਰ ਕੋਈ ਸੂਜੀ ਦਾ ਕੜਾਹ ਕਰ ਲਓ, ਕੁਛ ਵੀ ਕਰ ਲਓ ਚਾਹੇ ਮਿੱਠਾ ਨਾਲ। ਤੇ ਬਸ ਆਪਾਂ ਤਾਂ ਖੇਤਾਂ 'ਚ ਰਹਿੰਦੇ ਹਾਂ, ਜਿਹੜੇ ਪਿੰਡਾਂ ਵਿੱਚ ਨੇ ਨਾ ਉਹ ਮਤਲਬ ਬੱਚੇ ਇੱਕ ਦੂਜੇ ਦੇ ਘਰ ਜਾਂਦੇ ਨੇ, ਫਿਰ ਉਹ ਤੇਲ ਪਾਉਂਦੇ ਨੇ, ਨਾਲੇ ਵਿੱਚ ਕੋਈ ਪੈਸਾ ਪਾ ਦਿੰਦੇ ਨੇ ਜੀ ਬੱਚਿਆਂ ਨੂੰ 5-10 ਰੁਪਏ, ਤੇ ਨਾਲੇ ਤੇਲ ਪਾਉਂਦੇ ਨੇ। ਜਿੰਨਾ ਟਾਈਮ ਤੇਲ ਚੱਲਦਾ ਰਹਿੰਦਾ ਉਨਾ ਟਾਈਮ ਫਿਰ ਦੀਵੇ ਚੱਲਦੇ ਰਹਿੰਦੇ ਨੇ। ਹੁਣ ਆਪਾਂ ਨੇ ਇੱਕ ਵਾਰ ਦੀਵੇ ਭਰਤੇ ਜੀ, ਜੇ ਮਤਲਬ ਤੇਲ ਘਟੂਗਾ ਆਪਾਂ ਫਿਰ ਇਹਦੇ ਵਿੱਚ ਪਾ ਦਾਂਗੇ। ਦੇਖੋ ਬੱਤੀ ਬਣਾ ਲੈਣੀ ਹੈ। ਬਣਾ ਕੇ ਜੀ ਐਵੇਂ ਆਪਾਂ ਦੀਵੇ ਚਲਾ ਦੇਣੀ ਹੈ ਤੇ ਇਹਦੇ ਵਿੱਚ ਨਿਚੋੜ ਦੇਣੀ ਹੈ ਜੀ। ਐਂ ਕਰਕੇ ਆਪਾਂ ਨੇ ਸਾਰੇ ਦੀਵੇ ਇਹ ਪੰਜੇ ਪੰਜੇ ਵਾਲ ਲੈਣੇ ਨੇ ਤੇ ਇਹਨਾਂ ਨੂੰ ਨਿਚੋੜ ਕੇ ਉਹ ਕਰ ਦੇਣੇ। ਆ ਦੇਖੋ ਜੀ ਆਪਣਾ ਦੀਵਾ ਤਿਆਰ ਹੋ ਗਿਆ, ਇਹਨੂੰ ਬਾਲ ਕੇ ਆਪਾਂ ਇਹਦੇ ਵਿੱਚ ਰੱਖ ਦੇਣਾ। ਐਂ ਕਰਕੇ ਸਾਰੇ ਪਹਿਲਾਂ ਆਪਾਂ ਤਿਆਰ ਕਰਦੇ ਹਾਂ। ਜੀ ਸਾਰੇ ਗੜਬੜੇ ਐਂ ਬਾਲੇ ਜਾਂਦੇ ਨੇ, ਦੇਖੋ ਵਿੱਚ ਇਹਨਾਂ ਦੇ ਆ ਦੀਵੇ ਰੱਖਤੇ ਤੇ ਐਵੇਂ ਮਿੱਠੇ ਨਾਲ ਮੱਥਾ ਟੇਕ ਦਿੰਦੇ ਹੁੰਦੇ ਨੇ ਜੀ। ਤੇ ਫਿਰ ਇਹਨਾਂ ਨੇ ਨਾ ਇੱਥੇ ਰੱਸੀਆਂ ਬੰਨ ਲੈਂਦੇ ਨੇ ਬੱਚੇ, ਤਾਂ ਰੱਸੀਆਂ ਬੰਨ ਕੇ ਇੱਕ ਦੂਜੇ ਦੇ ਘਰ ਜਾਂਦੇ ਨੇ, ਨਾਲੇ ਇਹਨਾਂ ਦੀਵਿਆਂ 'ਚ ਤੇਲ ਪਵਾਉਂਦੇ ਨੇ ਤੇ ਨਾਲੇ ਫਿਰ ਪੈਸੇ ਪਵਾ ਲੈਂਦੇ ਨੇ ਜੀ ਵਿੱਚ। ਕਹਿੰਦੇ ਨੇ ਗੜਬੜੇ ਨਚਾ ਰਹੇ, ਆਪਾਂ ਹੁਣ ਇਹਨਾਂ ਨੂੰ ਵਧਾ ਦਿੰਦੇ ਹਾਂ, ਬਾਹਰ ਰੱਖ ਦਿੰਦੇ ਹਾਂ ਜੀ। ਲਓ ਜੀ ਆਪਾਂ ਦੇਖੋ ਕਿੰਨਾ ਹਨੇਰਾ ਹੋ ਗਿਆ। ਤੁਹਾਨੂੰ ਦੱਸਿਆ ਵੀ ਇਹ
ਹਨੇਰੇ 'ਚ ਵਾਲੇ ਜਾਂਦੇ ਜੀ ਗੜਬੜੇ ਨਚਾ ਕੇ, ਆਪਾਂ ਨੇ ਪੌੜੀਆਂ 'ਤੇ ਰੱਖਦੇ, ਚਾਹੇ ਪੌੜੀਆਂ 'ਤੇ ਰੱਖ ਦਿਉ ਚਾਹੇ ਕੰਧ 'ਤੇ ਰੱਖ ਦਿਉ, ਜਿੱਥੇ ਮਰਜ਼ੀ ਰੱਖ ਦਿਉ ਜੀ ਇਹਨਾਂ ਨੂੰ। ਅਤੇ ਸਭ ਨੇ ਮੂੰਹ ਮਿੱਠਾ ਕਰ ਲੈਣਾ ਹੁੰਦਾ, ਜਿਹੜਾ ਮਿੱਠਾ ਹੁੰਦਾ ਉਹਦੇ ਨਾਲ ਕੁਛ ਵੀ ਹੋਵੇ, ਚਾਹੇ ਪ੍ਰਸ਼ਾਦ, ਗੁੜ, ਸ਼ੱਕਰ, ਚੀਨੀ, ਜੋ ਵੀ ਮਿੱਠਾ ਹੁੰਦਾ। ਅਤੇ ਐਵੇਂ ਦਾ ਇਹ ਤਿਉਹਾਰ ਹੈ ਜਿਹੜਾ ਰਾਜਪੁਰ ਇਲਾਕੇ 'ਚ ਮਨਾਇਆ ਜਾਂਦਾ। ਗੜਬੜਿਆਂ ਦੀ ਛੁੱਟੀ ਦੀ ਅੱਧੀ ਨੂੰ, ਫਿਰ ਚੱਲ ਉਸ ਬਹਾਨੇ ਨਾਲ ਨਾਲੇ ਅੱਡੀ ਦਾ ਪਤਾ ਲੈ ਲੈਂਦੀ ਹੈ। ਚੱਲ ਕਮਜ਼ੋਰ ਜੀ ਵਾਲੀ ਹੋਵੇ, ਹਾਂ ਕਮਜ਼ੋਰ ਤਾਂ ਫਿਰ ਆ ਹੀ ਜਾਂਦੀ ਆ। ਹੁਣ ਤਾਂ ਚੱਲ ਠੀਕ ਹੈ, ਦੇਸੀ ਦਵਾਈ ਠੀਕ ਤਾਂ ਲੱਗ ਕਰਦੀ ਹੈ, ਆਪਣੇ ਹੌਲੀ ਕੰਮ ਕਰਦੀ ਪਈ ਨਾ ਦੇਸੀ, ਹੁਣ ਦੇਸੀ ਨਾਲ ਫਰਕ ਹੈ। ਹੈਲੋ ਜੀ, ਸਵੇਰ ਸਵੇਰ ਦਾ ਟਾਈਮ ਹੈ ਅਤੇ ਦੇਖੋ ਬਾਬਾ ਜੀ ਹਜੇ ਪਾਠ ਕਰਦੇ ਸੁਣ ਰਹੇ ਨੇ। ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਪਾਂ ਨੇ ਹਨੇਰੇ ਹਨੇਰੇ ਹੀ ਵਿਹੜਾ ਸੁੰਬਰਤਾ, ਫਿਰ ਨਾ ਹੋਰ ਕੰਮ ਜ਼ਿਆਦਾ ਹੋ ਜਾਂਦੇ ਨੇ, ਸੂਰਜ ਚੜ੍ਹਨ ਲੱਗ ਗਿਆ। ਅਤੇ ਇੱਧਰ ਤੁਹਾਨੂੰ ਦਿਖਾਉਂਦੇ ਹਾਂ ਜਿਹੜੇ ਆਪਾਂ ਨੇ ਰਾਤ ਗੜਬੜੇ ਵਾਲੇ ਸੀ ਜੀ, ਇਹ ਆਪਾਂ ਨੇ ਵਧਾ ਦਿੱਤੇ ਸੀ ਰਾਤ। ਦੇਖੋ ਸਾਰੇ ਦੀਆ ਬਾਤੀ ਜਲ ਗਏ, ਅਤੇ ਫਿਰ ਆਦਵਿੰਦਰ ਇਹਨਾਂ ਨਾਲ ਖੇਡ ਖੂਡ ਲਿਆ ਕਰੂਗਾ ਜੀ। ਆਲੇ ਦੁਆਲੇ ਦਾ ਮਾਹੌਲ ਦੇਖੋ, ਇੱਧਰ ਕੰਪਨੀ ਵਾਲੇ ਆਲੂ ਬੀਜਣਗੇ, ਇੱਧਰ ਬੀਜਤਾ ਇਹਨਾਂ ਨੇ ਸਾਗ, ਸਾਗ ਦਾ ਪੱਤਾ ਪੱਤਾ ਹੋ ਗਿਆ। ਹਲੋ ਜੀ, ਸਾਗ ਹੈ ਜਿਹੜਾ ਦੇਖੋ ਪੱਤਾ ਪੱਤਾ ਹੋ ਗਿਆ, ਇਹ ਬਹੁਤ ਵਧੀਆ ਕੱਚਾ ਕੱਚਾ ਬਣਦਾ। ਠੀਕ ਹੈ ਜੀ, ਫਿਰ ਹੋਰ ਕੰਮ ਕਾਰ ਕਰਦੇ ਹਾਂ। ਲਓ ਜੀ, ਕਿਵੇਂ ਲੱਗੇ ਤੁਹਾਨੂੰ ਸਾਡੇ ਗੜਬੜੇ, ਅਤੇ ਤੁਸੀਂ ਕਿਵੇਂ ਮਨਾਉਂਦੇ ਹੋ ਜੀ ਗੜਬੜੇ, ਤੁਸੀਂ ਵੀ ਜ਼ਰੂਰ ਦੱਸਣਾ। ਸੋਰੀ, ਇੱਧਰ ਤੁਹਾਨੂੰ ਦੱਸਿਆ ਵੀ ਇਹ ਮੇਰੇ ਸਹੁਰਿਆਂ ਦੇ ਵਾਲ ਦਾ ਤਿਉਹਾਰ ਹੈ ਜੀ, ਪੇਕੇ ਪਰਿਵਾਰ ਦਾ ਨਹੀਂ, ਸਾਨੂੰ ਉੱਧਰ ਨਹੀਂ ਸੀ ਪਤਾ ਹੁੰਦਾ ਇਹ ਤਿਉਹਾਰ ਬਾਰੇ। ਅਤੇ ਇੱਥੇ ਚਲੋ ਇਹਨਾਂ ਨੂੰ ਮਨਾਉਣ ਵਾਸਤੇ ਕੁਛ ਵੀ ਮਿੱਠੀ ਚੀਜ਼ ਬਣਾਈ ਜਾਂਦੀ ਹੈ ਜੀ। ਮੰਮੀ ਕਹਿਣ ਚਲੋ ਇਹ ਗੜਬੜੇ ਵਾਲ ਦਿਉ ਜੀ, ਆਪਾਂ ਨੇ ਫਿਰ ਬਸ ਮਿੱਠੇ ਜਿਹੇ ਨਾਲ ਮੱਥਾ ਟੇਕ ਕੇ ਗੜਬੜੇ ਵਾਲ ਤੇ। ਆਦਵਿੰਦਰ ਨੇ ਘਰ ਹੀ ਉਹ ਕਰ ਲਿਆ, ਹਨੇਰਾ ਸੀ ਨਹੀਂ ਤਾਂ ਫਿਰ ਉੱਧਰ ਚੱਲਿਆ ਜਾਂਦਾ। ਹੁਣ ਆਪਾਂ ਕਰਦੇ ਹਾਂ ਜੀ ਸਵੇਰ ਦੇ ਕੰਮ ਕਾਰ ਸ਼ੁਰੂ, ਅਤੇ ਦੇਖਦੇ ਹਾਂ ਹੁਣ ਸਵੇਰੇ ਸਵੇਰੇ ਕੀ ਬਣਾਈਏ। ਤੁਹਾਨੂੰ ਦੱਸਿਆ ਆਲੂ ਦਾ ਪਰੌਂਠਾ, ਮੂਲੀ, ਮੇਥੇ ਜਾਂ ਕੁਛ ਵੀ ਐਵੇਂ ਦਾ ਬਣਦਾ ਸਵੇਰੇ ਤਾਂ ਜੀ। ਲੰਚ 'ਚ ਬਣਾਵਾਂਗੇ ਰਾਜਮਾਂਹ ਚਾਵਲ, ਅਤੇ ਰਾਤ ਜਦੋਂ ਗੜਬੜੇ ਵਾਲ ਰਹੇ ਸੀ ਜੀ, ਗੜਬੜੇ ਮਨਾ ਰਹੇ ਸੀਗੇ, ਤਾਂ ਭੈਣ ਉਰੀ ਆ ਗਏ ਮੰਮੀ ਦਾ ਪਤਾ ਲੈਣ ਵਾਸਤੇ। ਬਸ ਦਿਨੇ ਕਹਿੰਦੇ ਟਾਈਮ ਜਾਣ ਲੱਗਿਆ, ਰਾਤ ਨੂੰ ਆਏ ਸੀਗੇ। ਨਾਲੇ ਫਿਰ ਆਦਵਿੰਦਰ ਦੀ ਟਿਊਸ਼ਨ ਵੀ ਉਹੀ ਲਵਾ ਕੇ ਲਿਆਏ ਸੀ ਜੀ, ਉਹਨੂੰ ਛੱਡਣ ਆਏ ਸੀ ਵੀ ਨਾਲੇ ਉਹਨੂੰ ਛੱਡ ਜਾਈਏ, ਨਾਲੇ ਮੰਮੀ ਦਾ ਪਤਾ ਲੈ ਜਾਈਏ। ਅਤੇ ਬਸ 7 ਵਜੇ ਆ ਕੇ 8:30 ਚਲੇ ਗਏ, 1.5 ਘੰਟਾ ਰੁਕੇ ਸੀ ਜੀ। ਬਸ ਜ਼ਿਆਦਾ ਵੀਡੀਓ ਉਹਨਾਂ ਨਾਲ ਵੈਸੇ ਨਹੀਂ ਬਣਾਈ ਹੈਗੀ, ਕਹਿੰਦੇ ਟਾਈਮ ਜਾ ਨਹੀਂ ਸੀ ਨਾ ਚੰਗਾ ਜਿਹਾ ਲੱਗਦਾ, ਬਸ ਮੰਮੀ ਦਾ ਹਾਲ ਚਾਲ ਪੁੱਛਿਆ ਉਹਨਾਂ ਨੇ।
ਕਾਫੀ ਮੰਮੀ ਨੇ ਵੀ ਗੱਲਾਂ ਬਾਤਾਂ ਮਾਰੀਆਂ। ਜਦੋਂ ਮੰਮੀ ਦੇ ਭਾਈ ਭਤੀਜੇ ਆ ਜਾਂਦੇ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਚਾਅ ਹੋ ਜਾਂਦਾ ਜੀ। ਚਲੋ ਆਪਣਾ ਹਾਲ ਚਾਲ ਪੁੱਛ ਗਏ, ਆਪਣਾ ਦੱਸ ਗਏ, ਮੰਮੀ ਦਾ ਪੁੱਛ ਗਏ, ਕਾਫੀ ਟਾਈਮ ਗੱਲਾਂ ਮਾਰੀ ਗਏ ਕਰਕੇ ਸਾਨੂੰ ਬਹੁਤ ਹਨੇਰਾ ਹੋ ਗਿਆ ਰਾਤ। ਉਹਨਾਂ ਦੇ ਗਿਆਨ ਤੋਂ ਬਾਅਦ ਹੀ ਫਿਰ ਹੋਰ ਰੋਟੀ ਟੁੱਕ ਵਗੈਰਾ ਸਾਰਾ ਕੁਛ ਕਰਿਆ ਜੀ। ਠੀਕ ਹੈ ਜੀ, ਹੁਣ ਆਦਵਿੰਦਰ ਨੂੰ ਕਰਦੇ ਹਾਂ ਤਿਆਰ, ਭੇਜਦੇ ਹਾਂ ਜੀ ਆਪਾਂ ਉਹਨੂੰ ਸਕੂਲ। ਚਲੋ ਭੈਣ ਭਾਈ, ਉਹ ਭੈਣ ਭਾਈ ਦੇ ਕੰਮ ਆਉਂਦਾ ਹੁੰਦਾ ਸੀ, ਕਹਿ ਰਹੇ ਸੀਗੇ ਕਹਿੰਦੇ ਜੇ ਰਾਜਪ੍ਰੀਤ ਕੋਈ ਜ਼ਰੂਰਤ ਹੈ ਤਾਂ ਸਾਨੂੰ ਦੱਸਿਓ, ਅਸੀਂ ਜ਼ਰੂਰ ਹੈਲਪ ਕਰਾਂਗੇ। ਹੈਲਪ ਤਾਂ ਹੁਣ ਆਪਾਂ ਦਵਾਈ ਬੂਟੀ ਲਿਆਉਂਦੇ ਹਾਂ ਜੀ, ਜਾ ਕੇ ਡਾਕਟਰ ਸਾਹਿਬ ਵਧੀਆ ਦਵਾਈ, ਦੇਸੀ ਦਵਾਈ ਠੀਕ ਕੰਮ ਕਰ ਰਹੀ ਹੈ। ਘਰ ਆਪਾਂ ਮੰਮੀ ਨੂੰ ਦਵਾਈ ਵਗੈਰਾ ਦੇ ਦਿੰਦੇ ਹਾਂ ਜੀ, ਅਤੇ ਆਪਣਾ ਬਾਹਰ ਤਾਂ ਬਹੁਤ ਘੱਟ ਆਉਂਦੇ ਨੇ, ਬਸ ਅੰਦਰੇ ਰਹਿ ਕੇ ਖੁਸ਼ ਨੇ, ਕਹਿੰਦੇ ਬਾਹਰ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ। ਪਰ ਸਵੇਰੇ ਸ਼ਾਮ ਅਸੀਂ ਬਾਹਰ ਜ਼ਰੂਰ ਬਿਠਾਉਂਦੇ ਹਾਂ ਜੀ ਘੰਟਾ ਕੁ, ਫਿਰ ਐਂ ਹੋ ਜਾਂਦਾ ਜਿਹੜਾ ਤਾਜ਼ਾ ਤਾਜ਼ਾ ਹਵਾ ਪਾਣੀ ਹੈ ਨਾ, ਇਹ ਠੀਕ ਰਹਿੰਦਾ, ਮਤਲਬ ਆਪਾਂ ਨੂੰ ਤਾਜ਼ੀ ਫਰੈਸ਼ ਹਵਾ ਮਿਲਦੀ ਹੈ। ਹੁਣ ਹਵਾ ਤਾਂ ਨਹੀਂ ਚੱਲਦੀ ਹੈਗੀ, ਪਰ ਮੌਸਮ ਇੰਨਾ ਜ਼ਿਆਦਾ ਵਧੀਆ ਹੋ ਗਿਆ, ਜਦੋਂ ਮਤਲਬ ਇਹ ਗੜਬੜੇ ਜਿਹੇ ਤਿਉਹਾਰ ਜੇ ਆ ਜਾਂਦੇ ਨੇ ਕੱਤਕ ਜਿਹੇ ਸ਼ੁਰੂ ਹੋ ਜਾਂਦੇ, ਫਿਰ ਇਸ ਵਾਰ ਨਾ ਮੈਨੂੰ ਲੱਗਦਾ ਛੇਤੀ ਠੰਡ ਪੈਣ ਲੱਗ ਗਈ। ਹੁਣ ਨਾ ਪੱਖਾ ਬਹੁਤ ਸਲੋਅ ਘੱਟ ਕਰਕੇ ਚੱਲਣ ਲੱਗ ਗਿਆ, ਨਹੀਂ ਤਾਂ ਆਪਾਂ ਨੂੰ ਅੱਗੇ ਤੇਜ਼ ਪੱਖੇ ਨਾਲ ਹੀ ਸਰਦਾ ਹੁੰਦਾ ਸੀ ਜੀ। ਹੁਣ ਜਿਵੇਂ ਜ਼ੁਕਾਮ ਜੇ ਹੋਣ ਲੱਗ ਗਏ, ਇਹ ਅੱਗਾਂ ਜੀ ਲਾਉਣ ਲੱਗ ਗਏ, ਤਾਂ ਕਰਕੇ ਮੌਸਮ ਹੈ ਜਿਹੜਾ ਇਹ ਚੇਂਜ ਹੋ ਗਿਆ। ਠੀਕ ਹੈ ਜੀ, ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੰਨੀ ਮੁੰਨੀ ਉੱਠੋ, ਚੁੱਲ੍ਹੀਆਂ ਦਾ ਟਾਈਮ ਹੋ ਗਿਆ ਪੁੱਤ। ਆਦੂ ਲਓ ਜੀ, ਹੁਣ ਇਹਨੂੰ ਚੱਕ ਕੇ ਠਾਲਣਾ ਪਊਗਾ। ਦੇਖਦੇ ਹਾਂ ਹੁਣ ਕੀ ਖਾਊਗਾ, ਫਿਰ ਉਹੀ ਬਣਾਵਾਂਗੇ। ਇਹਨੂੰ ਤਾਂ ਜ਼ਿਆਦਾਤਰ ਆਲੂ ਦਾ ਪਰੌਂਠਾ ਪਸੰਦ ਹੈ, ਪਾਪਾ ਨੂੰ ਮੂਲੀ ਦਾ, ਮੈਂ ਤਾਂ ਜੋ ਮਿਲ ਜੇ ਉਹੀ ਛਕ ਲਾਂਗੇ ਜੀ। ਮੰਮੀ ਲਈ ਕੁਛ ਹਲਕਾ ਫੁਲਕਾ ਬਣਾਵਾਂਗੇ। ਤੁਹਾਨੂੰ ਦਿਖਾਇਆ ਜੀ, ਮੰਮੀ ਵੀ ਹਜੇ ਉੱਧਰ ਪਈ ਨੇ, ਉੱਠੇ ਨਹੀਂ ਹੈਗੇ ਨਾ ਦਵਿੰਦਰ, ਦੋਹੇ ਦਾਦੀ ਪੋਤਾ ਪਏ ਨੇ। ਅਸੀਂ ਹੁਣ ਉਹਨਾਂ ਨੂੰ ਉਠਾਲਦੇ ਹਾਂ ਜੀ।